असी रल के पिंड के नौजवान एन आर आई वीर के सहयोग न इस ग्राउंड को मेनटेन करते हैं। यदा सफाई पानी लाइटा का प्रबंध तो इतने अलग अलग जिवें फुटबाल पापूलर इलाके की साड़ी की गेम आ, वालीबाल आ, अथलैटिक्स आ, कबड्डी आ, वो बच्चे अड्ड अड्ड खेडों में भाग लेंगे। साडा मेन मोटो हुंदा कि प्लस टू करन तो बाद बच्चों नूं रुजगार की भाल हुंदी। पिछले समय साडे काफ़ी बच्चे आर्मी च गए आ, असी उन्हां नूं ज़्यादा निशाना रखते हैं कि उन्हां नूं रिक्रूटमेंटली वो ट्रेनिंग दी जाए जिहड़े आर्मी च भर्ती होने सफल होण। काफ़ी बच्चे साडे कोल सवेरे भी जिवें पुलिस की भर्ती आने वाले दिनों च आई आ, काफ़ी बच्चे ट्रेनिंग कर रहे हैं। ਸਾਡੇ ਵੱਖ ਵੱਖ ਪਿੰਡ ਜਿਵੇਂ ਰਤਨਗੜ੍ਹ, ਬਟਾਰੀ, ਭਿੰਡਰ, ਮਦੇਪੁਰ, ਬਾਣੀਆਂ, ਇਹ ਆਲੇ ਦੁਆਲੇ ਦੇ ਛੋਟੇ ਛੋਟੇ ਪਿੰਡ ਆ। ਇਹ ਬਹੁਤੇ ਬੱਚੇ ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ, ਇਹਨਾਂ ਦੇ ਮਾਪੇ ਮਜ਼ਦੂਰੀ ਕਰਨ ਵਾਲੇ ਆ, ਕੁਝ ਮੱਧ ਵਰਗੀ ਕਿਸਾਨ ਪਰਿਵਾਰਾਂ ਦੇ ਬੱਚੇ ਆ ਜਿਹੜੇ ਫਿਰ ਉਹ ਸ਼ਾਮ ਨੂੰ ਇੱਥੇ ਟ੍ਰੇਨਿੰਗ ਜਿਵੇਂ ਅੱਡ ਅੱਡ ਖੇਡਾਂ ਚੱਲਦੀਆਂ ਇੱਥੇ ਪਹੁੰਚਦੇ ਆ। ਅਸੀਂ ਸਾਰੇ ਰਲ ਮਿਲ ਕੇ ਯਤਨ ਕਰਦੇ ਹਾਂ ਕਿ ਇਹਨਾਂ ਨੂੰ ਇੱਕ ਪਲੇਟਫਾਰਮ ਦੇ ਕੇ ਖੇਡਣ ਦਾ ਮੌਕਾ ਦਿੱਤਾ ਜਾਵੇ। ਸਾਡੇ ਇੱਥੇ ਰੋਜ਼ ਹੀ 9-10 ਗੇਮਾਂ ਕਰਵਾਈਆਂ ਜਾਂਦੀਆਂ ਨੇ। ਸਾਡੇ ਪਿੰਡ ਵਿੱਚ ਹੀ ਬਹੁਤ ਵਧੀਆ ਕੋਚ ਹੈਗੇ ਨੇ। ਮੈਂ ਫੁੱਟਬਾਲ ਖੇਡਦਾ ਵਾਂ, ਮੈਂ ਇਸ ਕਰਕੇ ਖੇਡਦਾ ਵਾਂ ਕਿਉਂਕਿ ਮੈਂ ਆਪਣੇ ਮਦਰ ਫਾਦਰ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਵਾਂ। ਮੇਰੇ ਪਾਪਾ ਟੈਕਸੀ ਡਰਾਈਵਰ ਹੈਗੇ ਨੇ, ਕਿਉਂਕਿ ਮੈਂ ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਵਾਂ, ਇਸ ਕਰਕੇ ਮੈਂ ਆਪਣਾ ਫੁੱਟਬਾਲ ਗੇਮ ਖੇਡਦਾ ਹਾਂ। ਮੈਂ ਸਰੀਰਕ ਸਿੱਖਿਆ ਦਾ ਅਧਿਆਪਕ ਹੋਣ ਦੇ ਨਾਤੇ ਇਹ ਮੇਰੀ ਡਿਊਟੀ ਵੀ ਸੀ ਅਤੇ ਮੇਰਾ ਏਮ ਵੀ ਸੀ। ਮੈਂ ਆਪਣੇ ਪਿੰਡ ਦੇ ਵੱਧ ਤੋਂ ਵੱਧ ਖਿਡਾਰੀ ਪੈਦਾ ਕਰਾਂ, ਇਲਾਕੇ ਦੇ ਵੱਖ ਵੱਖ ਪਿੰਡਾਂ ਦਾ ਇੱਕ ਸੈਂਟਰ ਬਣੇ ਤਾਂ ਜੋ ਬੱਚੇ ਇੱਥੇ ਸਵੇਰੇ ਸ਼ਾਮ ਨੂੰ ਪ੍ਰੈਕਟਿਸ ਕਰਕੇ ਵੱਖ ਵੱਖ ਖੇਡਾਂ ਵਿੱਚ ਆਪ ਨਾਮ ਨਾ ਖੱਟ ਸਕਣ, ਉਹ ਚੰਗੀ ਸਿਹਤ ਦੇ ਮਾਲਕ ਬਣ ਸਕਣ, ਚੰਗੇ ਸ਼ਹਿਰੀ ਬਣ ਸਕਣ। ਅਤੇ ਜੋ ਸਾਡੀ ਅੱਜ ਬੁਰਾਈ ਆ ਨਸ਼ਿਆਂ ਦੀ, ਇਹ ਤੋਂ ਬੱਚਿਆਂ ਨੂੰ ਦੂਰ ਰੱਖਣ ਲਈ ਇੱਕ ਯਤਨ ਸੀ, ਵਿੱਚ ਕਾਫੀ ਹੱਦ ਤੱਕ ਅਸੀਂ ਸਫਲ ਹੋਏ। ਸਾਰੇ ਸਾਡੇ ਪਿੰਡ ਦੀ ਖਲਚੀਆਂ ਦੀ ਗਰਾਊਂਡ ਹੈਗੀ ਹੈ ਅਤੇ ਮੈਂ ਇੱਥੋਂ ਲਾਗੇ ਮਤਲਬ ਬਿਲੋਂਗ ਕਰਦਾ ਹੈਗਾ। ਅਤੇ ਇੱਥੇ ਸਵੇਰੇ ਮੇਰੀ ਸਵੇਰ ਦੀ ਰੂਟੀਨ ਹੈਗੀ, ਮਤਲਬ ਸਵੇਰੇ ਆਈਦਾ ਵਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਤੋਂ ਪੜ੍ਹਿਆ, ਉਸ ਤੋਂ ਮੈਂ ਮਤਲਬ ਨੈਸ਼ਨਲ ਗੋਲਡ ਮੈਡਲ ਫਸਟ ਆਇਆ ਹਾਂ। ਅਤੇ ਮੈਨੂੰ ਉਸ ਤੋਂ ਬੜਾ ਵਧੀਆ ਮਤਲਬ ਐਕਸਪੀਰੀਅੰਸ ਮਿਲਿਆ, ਮਤਲਬ ਵੀ ਜ਼ਿਆਦਾਤਰ ਅਸੀਂ ਮਤਲਬ ਵੀ ਨੇਵੀ ਵਿੱਚ, ਆਰਮੀ ਵਿੱਚ ਮੈਨੂੰ ਮਤਲਬ ਵੀ ਜ਼ਿਆਦਾਤਰ ਔਫਰ ਹੈਗੀਆਂ ਨੇ, ਮਤਲਬ ਵੀ ਮੈਂ ਉਹਨਾਂ ਵਿੱਚ ਜਾ ਸਕਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਬੱਚੇ ਨਸ਼ਿਆਂ ਨਾਲ ਜੁੜੇ ਆ, ਪਰ ਜੇ ਖੇਡਾਂ ਦੇ ਖੇਤਰ ਨਾਲ ਜੁੜੇ ਬੱਚਿਆਂ ਦੀ ਗੱਲ ਕਰੀਏ ਤਾਂ ਖੇਡਾਂ ਬੱਚਿਆਂ ਨੂੰ ਬਹੁਤ ਸਾਰੇ ਨਸ਼ਿਆਂ ਤੋਂ ਬਚਾਉਂਦੀਆਂ। ਜਿਵੇਂ ਕਾਫੀ ਬੱਚੇ ਜਿਵੇਂ 100 ਦੇ ਕਰੀਬ ਲਗਭਗ ਸ਼ਾਮ ਨੂੰ ਬੱਚੇ ਆਏ ਵੱਖ ਵੱਖ ਪਿੰਡਾਂ ਤੋਂ ਆਏ ਆ, 2 ਘੰਟੇ ਦੇ ਪ੍ਰੈਕਟਿਸ ਤੋਂ ਬਾਅਦ ਇਹਨਾਂ ਘਰਾਂ ਜਾਣਾ, ਇਹ ਲਗਭਗ ਸਾਰੇ ਬੱਚੇ ਨਸ਼ਿਆਂ ਤੋਂ ਦੂਰ ਆ। ਜੇ ਇੱਦਾਂ ਦੇ ਯਤਨ ਕੀਤੇ ਜਾਣ ਤਾਂ ਨਸ਼ੇ ਨੂੰ ਬੜੇ ਵੱਡੇ ਪੱਧਰ 'ਤੇ ਠੱਲ ਪਾਈ ਜਾ ਸਕਦੀ ਆ ਅਤੇ ਬੱਚਿਆਂ ਨੂੰ ਵਧੀਆ ਸ਼ਹਿਰੀ ਬਣਾਇਆ ਜਾ ਸਕਦਾ।